अब खबरों में आगे बढ़ते हुए हम आपको ले चलते हैं पंजाब, जहां पंजाब वासियों को सेहत सुविधा देने वाले बड़े बड़े दावा करने वाली पंजाब सरकार के मोगा के सरकारी अस्पताल की पोल समय खुल गई, जब सड़क हादसे में एक घायल युवक को मोगा के सरकारी अस्पताल में इमरजेंसी में भर्ती करवाया गया, जहां स्टाफ की कमी मिली। इसके साथ ही मरीज के इलाज के लिए ना तो कोई दर्द निवारक टीका था और ना ही गाज पट्टी और ना ही डॉक्टर थे वहां पर और ना ही मरीज के साथ कोई अटेंडेंट नहीं था। समाज सेवा सोसाइटी की ओर से बाहर से जरूरत का सामान मंगवाया गया, जिसके बाद घायल का इलाज करवाया गया। ਸਟਾਫ ਵਾਲੀ ਗਲੀ 'ਚ ਅਤੇ ਸੜਕ ਪਾਰ ਕਰਨ ਲੱਗਿਆ ਸੀਗਾ ਅਤੇ ਮੋਟਰਸਾਈਕਲ ਵੱਜਿਆ ਜੀ। ਨਹੀਂ ਉਹ ਬਾਈ ਵੀ ਇੱਥੇ ਹੀ ਆ ਜੀ, ਹਾਂਜੀ ਉਹਦੇ ਵੀ ਅੱਖ 'ਤੇ ਸੱਟ ਵੱਜੀ ਵੀ ਆਈ ਅਤੇ ਇਹ ਬਾਈ ਹੁਣੀ ਮੈਨੂੰ ਲੈ ਕੇ ਆਏ ਚੱਕ ਕੇ। ਇਹਨਾਂ ਦਾ ਬਹੁਤ ਧੰਨਵਾਦ ਆ ਵਿਚਾਰਿਆਂ ਦਾ, ਠੀਕ ਆ ਜੀ। ਕਮੇਟੀ ਮੈਂਬਰ ਆਏ ਵਿਚਾਰੇ, ਇਹਨਾਂ ਨੇ ਵਿਚਾਰਿਆਂ ਨੇ ਇਲਾਜ ਲੂਜ ਕਰਾਇਆ, ਮੇਰੇ ਅੱਗੇ ਨਹੀਂ ਪਿੱਛੇ ਨਹੀਂ ਕੋਈ। ਇਹਨਾਂ ਦਾ ਬਹੁਤ ਧੰਨਵਾਦ ਬਾਈ ਉਹਨਾਂ ਦਾ, ਵਿਚਾਰਿਆਂ ਦਾ ਕੋਲ ਖੜੇ ਆ ਵਿਚਾਰੇ। ਇਹਨਾਂ ਨੇ ਸਾਰਾ ਸਮਾਨ ਆ ਉਹਦੇ ਪੱਲਿਓ ਲਿਆ ਕੇ ਲਾ ਕੇ ਦਿੱਤਾ ਉੱਥੋਂ। ਇੱਥੇ ਤਾਂ ਹਸਪਤਾਲ 'ਚ ਕੁਛ ਹੈ ਵੀ ਨਹੀਂ ਗਾ ਜੀ, ਨਹੀਂ ਇੱਥੇ ਤਾਂ ਕੁਛ ਵੀ ਨਹੀਂ ਗਾ ਜੀ। ਪੱਟੀਆਂ ਪੁੱਟੀਆਂ ਵੀ ਬਾਈ ਹੁਣੀ ਆਪ ਲੈ ਕੇ ਸਾਰਾ ਕੁਛ। ਇਹ ਪੇਸ਼ੈਂਟ ਜੀ, ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਇਹ ਪੇਸ਼ੈਂਟ ਚੱਕਿਆ ਜੀ ਸਿਵਲ ਹੋਸਪਿਟਲ ਲੈ ਕੇ ਆਏ ਹਾਂ ਅਸੀਂ। ਇਹ ਚੱਕਿਆ ਬਿਜਲੀ ਘਰ ਦੇ ਮੂਹਰੇ ਐਕਸੀਡੈਂਟ ਹੋਇਆ ਇਹਦਾ, ਮੁੰਡੇ ਦਾ, ਕਿਉਂਕਿ ਇਹਦੇ ਵਿੱਚ ਮੋਟਰਸਾਈਕਲ ਵੱਜਿਆ, ਇਹ ਪੈਦਲ ਸੀਗਾ, ਮੋਟਰਸਾਈਕਲ ਵੱਜਿਆ, ਇਹਦੀ ਲੱਤ ਟੁੱਟ ਗਈ ਹੈ। ਔਰ ਮੁਸ਼ਕਲਾਂ ਇੱਥੇ ਕੀ ਆਈਆਂ, ਆ ਸਟਿਲ ਟੈਕ ਜਿਹੜੀ ਕਿ ਸਰਕਾਰ ਨੂੰ ਸਾਨੂੰ ਦੇਣੀ ਚਾਹੀਦੀ ਹੈ, ਕਿਉਂਕਿ ਸਰਕਾਰ ਸਾਨੂੰ ਦਾਅਵੇ ਕਰਦੀ ਹੈ ਕਿ ਅਸੀਂ ਫ੍ਰੀ ਮੈਡੀਸਨ ਦਿੰਦੇ ਹਾਂ ਅਤੇ ਫ੍ਰੀ ਇੱਥੇ ਟ੍ਰੀਟਮੈਂਟ ਆ। ਇਹ ਮੈਂ ਸਮਾਜ ਸੇਵਾ ਸੋਸਾਇਟੀ ਵੱਲੋਂ ਆਪਦੀ ਜੇਬ 'ਚੋਂ ਮੰਗਵਾ ਕੇ ਦਿੱਤੀ ਹੈ ਸਟਿਲਟ, ਇੱਥੇ ਇਹਦੇ ਤਾਂ ਸਟਿਲਟ ਲੱਗੀ ਹੈ, ਅਤੇ ਫਿਰ ਅਸੀਂ ਕਿਵੇਂ ਉਮੀਦ ਕਰ ਲਈਏ ਵੀ ਸਰਕਾਰ ਸਾਨੂੰ ਸਹੂਲਤਾਂ ਦੇ ਰਹੀ ਹੈ। ਇਹ ਸਾਡੇ ਸਰਕਾਰੀ ਹੋਸਪਿਟਲ ਮੋਗੇ ਦਾ ਹਾਲਾਤ ਹੈ। ਪਰ ਸਾਡੇ ਕੋਲ ਦੋ ਤਿੰਨ ਐਕਸੀਡੈਂਟ ਕੇਸ ਆਏ ਹੈ, ਇੱਕ ਤਾਂ ਲਾਲ ਸਿੰਘ ਆਇਆ ਜੀ, ਬਖਤੌਰ ਸਿੰਘ ਆ ਜਿੱਤਵਾਲ ਤੋਂ, ਉਹਨੂੰ ਪੁਲਿਸ ਵਾਲੇ ਲੈ ਕੇ ਆਏ ਸੀਗੇ ਅਤੇ ਉਹਦੀ ਉਂਗਲਾਂ 'ਤੇ ਸਵੀਅਰ ਬਲੀਡਿੰਗ ਸੀਗੀ, ਉਹਨੂੰ ਫਸਟ ਐਡ ਦੇ ਦਿੱਤੀ ਗਈ ਹੈ। ਬਾਕੀ ਐਕਸਰੇ ਵਾਲੇ ਨੂੰ ਸੱਦਿਆ ਹੈਗਾ, ਆ ਗਏ ਨੇ, ਐਕਸਰੇ ਕਰਾ ਕੇ ਦੇਖਦੇ ਹਾਂ ਕੀ ਕੰਡੀਸ਼ਨ। ਇੱਕ ਅਵਤਾਰ ਸਿੰਘ ਦਾ ਸਮਾਜ ਸੇਵਾ ਵਾਲੇ ਲੈ ਕੇ ਆਏ ਉਹਨੂੰ, ਅਤੇ ਉਹਦੇ ਵੀ ਐਕਸੀਡੈਂਟ ਹੋਇਆ ਸੀ ਬਿਜਲੀ ਘਰ ਦੇ ਸਾਹਮਣੇ, ਅਤੇ ਉਹਦੇ ਲੱਤ 'ਤੇ ਫ੍ਰੈਕਚਰ ਲੱਗ ਰਿਹਾ, ਤਾਂ ਹੀ ਐਕਸਰੇ ਵਾਲੇ ਸੱਦੇ ਆ। ਉਹਨਾਂ ਨੂੰ ਫਸਟ ਐਡ ਤਾਂ ਦੇਤੀ, ਸਮਾਜ ਸੇਵਾ ਵਾਲੇ ਆਪ ਹੀ ਸਮਾਜ ਸੇਵਾ ਕਰਨ ਲੱਗੇ ਹੋਏ ਸੀਗੇ, ਬਾਕੀ ਅਸੀਂ ਐਕਸਰੇ ਵਾਲੇ ਬੁਲਾ ਲਏ। हिदार, फिरोजपुर जिला के गांव कुंडे में शादी के डीजे पर डांस करने को लेकर दो पक्षों में विवाद हो गया, जिसके बाद एक घर में ईंट पत्थर बरसाकर तोड़फोड़ कर दी गई है। वहीं दूसरे पक्ष ने तेज धारदार हथियार से हमला कर दिया, जिसमें दो लोग गंभीर रूप से घायल हो गए। दोनों घायलों को फिरोजपुर के सिविल अस्पताल में भर्ती करवाया गया। वहीं घटना की जानकारी मिलते ही पुलिस मौके पर पहुंची और दोनों पक्षों के बयान लेकर मामला दर्ज किया। फिलहाल पुलिस मामले में आगे की कार्रवाई कर रही है। फिरोजपुर से सुखचैन सिंह की रिपोर्ट। ਥੱਲੂ ਪੁੱਤਰ ਆਮਾ ਜੀਤਾ ਜੀ, ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਕੋਈ ਹੈਗਾ ਸੀਗਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ, ਆਪ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ, ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਬੋਲ ਬੁਲਾਈਆ ਇਹਨਾਂ ਦਾ ਹੋ ਗਿਆ,
ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ। ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ, ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ, ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ। ਮੈਂ ਅੱਜ ਡਿਊਟੀ 'ਤੇ ਗਿਆ, ਫਲੱਡ ਸੀਜ਼ਨ ਚੱਲਦਾ ਪਿਆ, ਮੈਂ ਡਿਊਟੀ 'ਤੇ ਗਿਆ ਅਤੇ ਡਿਊਟੀ ਦੇ ਮਗਰੋਂ ਮੇਰੇ ਤਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਭੰਨ ਤੋੜ ਬਹੁਤ ਜ਼ਿਆਦਾ ਹੋ ਰਹੀ। ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾ ਵੇਚੋ, ਇਵੇਂ ਪਿੰਡ ਦੇ ਮੁੰਡੇ ਜਵਾਨ ਮਰੀ ਜਾਂਦੇ ਆ। ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ, ਫਿਰ ਵੀ ਵੱਡਿਆਂ ਨੇ ਰੋਕਿਆ ਆ, ਹਟ ਗਏ। ਦੁਪਹਿਰੇ ਸਾਡਾ ਮੁੰਡਾ ਮਾੜਾ ਜਿਹਾ ਬਾਹਰ ਨਿਕਲਿਆ ਚੀਜ਼ ਲੈਣ, ਅਸੀਂ ਅੰਦਰ ਆਪਣੇ ਘਰ, ਪਿਸਟਲ ਲੈ ਕੇ ਮਗਰ ਲੱਗਿਆ, ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਅਤੇ ਆ। ਖਬਰੋਂ ਕਾ ਵਿਸਤਾਰ ਲਗਾਤਾਰ ਜਾਰੀ ਹੈ। ਮੋਗਾ ਜ਼ਿਲ੍ਹੇ ਕੇ ਜ਼ੀਰਾ ਰੋਡ ਸਥਿਤ ਨੇਸਲੇ ਕੇ ਕੈਂਟੀਨ ਮੇਂ ਰਹਿ ਰਹੇ ਇੱਕ ਯੁਵਕ ਨੇ ਪੱਖੇ ਸੇ ਲਟਕ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਆਪਕੋ ਬਤਾ ਦੇ ਕਿ ਜਹਾਂ ਪਰਿਵਾਰ ਵਾਲੋ ਨੇ ਫਾਂਸੀ ਪਰ ਲਟਕਤੇ ਯੁਵਕ ਕੋ ਦੇਖਾ ਤੋ ਸਹਿਮ ਗਏ ਔਰ ਚੀਖ ਪੁਕਾਰ ਸ਼ੁਰੂ ਕਰ ਦੀ ਹੈ। ਉਸ ਘਟਨਾ ਕੀ ਜਾਣਕਾਰੀ ਪੁਲਿਸ ਕੋ ਦੀ ਗਈ। ਮੌਕੇ ਪਰ ਪਹੁੰਚੀ ਪੁਲਿਸ ਨੇ ਸ਼ਵ ਕੋ ਕਬਜ਼ੇ ਮੇਂ ਲੇਕਰ ਪੋਸਟਮਾਰਟਮ ਕੇ ਲੀਏ ਭੇਜ ਦਿਆ। ਪੁਲਿਸ ਨੇ ਬਤਾਇਆ ਕਿ ਧਰਮਿੰਦਰ ਸਿੰਘ ਕੇ ਦੋ ਬੱਚੇ ਹੈ ਔਰ ਵਹ ਉੱਤਰਾਖੰਡ ਕਾ ਰਹਿਣੇ ਵਾਲਾ ਹੈ ਜੋ ਨੇਸਲੇ ਕੇ ਕੈਂਟੀਨ ਮੇਂ ਕਾਮ ਕਰਤਾ ਥਾ। ਧਰਮਿੰਦਰ ਸਿੰਘ ਕੀ ਮੌਤ ਕਾ ਅਭੀ ਖੁਲਾਸਾ ਨਹੀਂ ਹੋ ਪਾਇਆ ਹੈ। ਫਿਲਹਾਲ ਪੁਲਿਸ ਮਾਮਲੇ ਕੀ ਜਾਂਚ ਮੇਂ ਜੁਟ ਗਈ। ਇਹ ਧਰਮਿੰਦਰ ਸਿੰਘ ਹੈ ਜੀ, ਨੈਸਲੇ ਕੰਟੀਨ 'ਚ ਕੰਮ ਕਰਦਾ ਸੀਗਾ ਜੀ। ਅਤੇ ਅੱਜ ਮੈਨੂੰ ਸੁਬਾਹ ਫੋਨ ਆਇਆ, ਸਾਡੇ ਕੋਲ ਸੁਪਰਵਾਈਜ਼ਰ ਇੱਕ ਸੁਰੇਸ਼ ਕੁਮਾਰ, ਉਹਦਾ ਫੋਨ ਆਇਆ 7:33 'ਤੇ ਵੀ ਆਪਣੇ ਕੋਲ ਧਰਮਿੰਦਰ ਜਿਹੜਾ ਮੁੰਡਾ ਨੈਸਲੇ ਕੰਮ ਕਰਦਾ ਹੈਗਾ ਉਹਦੀ ਡੈਥ ਹੋ ਗਈ ਹੈ, ਉਹਨੇ ਸੁਸਾਈਡ ਕਰ ਲਈ ਹੈ ਪੱਖੇ ਦੇ ਨਾਲ ਲਟਕ ਕੇ। ਅਤੇ ਅਸੀਂ ਮੌਕੇ 'ਤੇ ਆ ਕੇ ਦੇਖਿਆ ਅਤੇ ਉਹਨਾਂ ਨੂੰ ਹੁਣ ਸੰਨਿਆਸੀ ਸਾਹਿਬ ਜਿਹੜੇ ਹੈਗੇ ਹੈ ਸੁਸਾਈਟੀ ਵਾਲੇ ਸੁਸਾਇਟੀ ਵਾਲੇ ਉਹ ਆ ਕੇ ਉਹਨਾਂ ਨੂੰ ਲੈ ਗਏ ਸਿਵਲ ਹੋਸਪਿਟਲ ਦੇ ਵਿੱਚ ਜੀ। ਅੱਜ ਇਹ ਵਿਆਹ ਹੋਇਆ ਸੀਗਾ ਜੀ, ਬੱਚੇ ਦੇ ਦੋ ਬੱਚੇ ਸੀਗੇ ਜੀ। ਸਾਨੂੰ ਇੱਕ ਕਾਲ ਆਈ ਸੀਗੀ ਕਿ ਧਰਮਿੰਦਰ ਸਿੰਘ ਪੁੱਤਰ ਮਾਧੂ ਸਿੰਘ ਵਾਸੀ ਹੈਗਾ ਉੱਤਰਾਖੰਡ, ਹਾਲ ਬਾਅਦ ਹੈਗਾ ਗਲੀ ਨੰਬਰ 3 ਸੋਢੀ ਨਗਰ, ਇਹਨੇ ਰੱਸੀ ਨਾਲ ਇੱਕ ਪਾਹ ਲੈ ਲਿਆ। ਅਸੀਂ ਮੌਕੇ 'ਤੇ ਆਏ ਹਾਂ ਅਤੇ ਫੋਟੋ ਖਿੱਚ ਕੇ ਫਿਰ ਸਮਾਜ ਸੇਵਾ ਵਾਲਿਆਂ ਨੂੰ ਸੱਦਿਆ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਇਹ ਜ਼ੀਰਾ ਰੋਡ ਤੇ ਆਏ ਹਾਂ 3 ਨੰਬਰ ਗਲੀ ਦੇ ਵਿੱਚ। ਸਾਨੂੰ ਪੁਲਿਸ ਦੀ ਕਾਲ ਗਈ ਸੀ ਵੀ ਇਸ ਤਰ੍ਹਾਂ ਕਰਕੇ ਇੱਕ ਡੈਡ ਬੋਡੀ ਪਈ ਹੈ, ਮਤਲਬ ਸੁਸਾਈਡ ਕਰ ਲਿਆ ਉਹਨੂੰ, ਪੁਲਿਸ ਨੇ ਲਾ ਲਿਆ ਸੀ ਸਾਡੇ ਆਉਂਦਿਆਂ ਨੂੰ ਲਾ ਕੇ, ਹੁਣ ਅਸੀਂ ਡੈਡ ਬੋਡੀ ਲੈ ਗਏ ਤੇ ਸਿਵਲ ਹਸਪੀਟਲ ਮੋਗਾ ਵਿੱਚ ਰੱਖਣ ਮੋਤਰੀ ਜਾ ਰਹੇ ਹਾਂ। ਕਿੰਨੀ ਕੁ ਉਮਰ ਦਾ ਲੱਗ ਰਿਹਾ ਜੀ? ਇਹ ਕੋਈ ਹੈਗਾ ਕੋਈ 40-45 ਸਾਲ ਦੇ